ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਨੁਜਾ ਸ਼ਰਮਾ ਤੇ ਅਕਸਰ ਅਸੀਂ ਸੁਣਦੇ ਆਨੇ ਆ ਕਿ ਜਿਹੜੇ ਪੰਛੀ ਨੇ ਉਹ ਖਤਮ ਹੁੰਦੇ ਜਾ ਰਹੇ ਨੇ। ਬਹੁਤ ਸਾਰੀਆਂ ਸਪੀਸੀਜ਼ ਐਸੀਆਂ ਨੇ ਜੋ ਸਾਨੂੰ ਅੱਜ ਦੇ ਦੌਰ 'ਚ ਦੇਖਣ ਨੂੰ ਨਹੀਂ ਮਿਲਦੀਆਂ। ਕੀ ਕਾਰਨ ਹੈਗਾ ਆ ਇਹਨਾਂ ਦਾ, ਇਹਦੇ ਉੱਤੇ ਅਸੀਂ ਗੌਰ ਕਰਨਾ ਕਿਤੇ ਨਾ ਕਿਤੇ ਭੁੱਲ ਜਾਂਦੇ ਹਾਂ, ਲੇਕਿਨ ਅਸੀਂ ਇਹ ਗੱਲ ਬਹੁਤ ਕੌਨਫੀਡੈਂਸ ਨਾਲ ਕਹਿ ਦਿੰਦੇ ਹਾਂ ਕਿ ਇਹ ਪੰਛੀ ਸਾਨੂੰ ਦਿਖ ਨਹੀਂ ਰਹੇ। ਲੇਕਿਨ ਗੱਲ ਇੱਥੇ ਇਹ ਵੀ ਆ ਜਾਂਦੀ ਹੈ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਪ੍ਰੋਟੈਕਟ ਕੀਤਾ ਜਾਵੇ, ਕਿਉਂਕਿ ਜਿਸ ਵਕਤ ਅਸੀਂ ਕੰਟਰੀਜ਼ ਦੀ ਗੱਲ ਕਰਦੇ ਹਾਂ, ਡਿਵੈਲਪਮੈਂਟ ਦੀ ਆੜ ਦੇ ਹੇਠ ਅਸੀਂ ਪੰਛੀਆਂ ਨੂੰ ਖਤਮ ਕਰਦੇ ਜਾ ਰਹੇ ਹਾਂ। ਪੰਛੀ ਹੋਣ ਭਾਵੇਂ ਉਹ ਬਟਰਫਲਾਈਜ਼ ਹੋਣ, ਇਹਨਾਂ ਨੂੰ ਆਪਾਂ ਖਤਮ ਕਰਦੇ ਜਾ ਰਹੇ ਹਾਂ। ਇਸੇ ਚੀਜ਼ ਨੂੰ ਪ੍ਰੋਟੈਕਟ ਕਰਦੇ ਹੋਏ ਸਾਹਮਣੇ ਆਏ ਪ੍ਰੋਫੈਸਰ ਸੰਦੀਪ ਚਾਹਲ ਜੀ, ਜਿਨ੍ਹਾਂ ਨੇ ਕੀਤਾ ਕਿ ਪਹਿਲੇ ਸਪੈਰੋਜ਼ ਨੂੰ ਕੰਜ਼ਰਵੇਟ ਕਰਨਾ ਸ਼ੁਰੂ ਕੀਤਾ, ਉਸ ਤੋਂ ਬਾਅਦ ਹੁਣ ਬਟਰਫਲਾਈਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਕੈਂਪੇਨ ਸ਼ੁਰੂ ਕੀਤਾ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਪ੍ਰੋਫੈਸਰ ਸਾਹਿਬ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੇਸ ਪ੍ਰਦੇਸ ਟੀਵੀ ਦਾ। ਪ੍ਰੋਫੈਸਰ ਸਾਹਿਬ, ਜਿਸ ਵਕਤ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਪਹਿਲੇ ਸਪੈਰੋਜ਼ ਨੂੰ ਕੰਜ਼ਰਵੇਟ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਕੈਂਪੇਨ ਕਰਨਾ ਸ਼ੁਰੂ ਕੀਤਾ, ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ, ਕਿਸ ਤਰੀਕੇ ਨਾਲ ਇਹਦੀ ਸ਼ੁਰੂਆਤ ਕੀਤੀ, ਕੀ ਪਹਿਲਾਂ ਮਾਈਂਡ ਦੇ ਵਿੱਚ ਥੋਟ ਆਈ ਇਸ ਨੂੰ ਲੈ ਕੇ? ਇਸ ਦੇ ਬਾਰੇ ਜੀ, ਮੈਂ 1990 ਦੇ ਵਿੱਚ 1990 ਦੇ ਦਹਾਕੇ ਦੇ ਵਿੱਚ ਯੂਨਾਈਟਿਡ ਕਿੰਗਡਮ ਦੇ ਵਿੱਚ ਇੱਕ ਐਨ ਜੀ ਓ ਹੈਗਾ, ਉਹਨੂੰ ਕਹਿੰਦੇ ਆ ਰੋਇਲ ਸੋਸਾਇਟੀ ਫੋਰ ਪ੍ਰੋਟੈਕਸ਼ਨ ਆਫ ਬਰਡਸ। ਉਹਨਾਂ ਨੇ ਆਪਣਾ ਇੱਕ ਰਿਸਰਚ ਪੇਪਰ ਛਾਪਿਆ ਕਿ 1990s ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮੋਬਾਈਲ ਟਾਵਰ ਰੇਡੀਏਸ਼ਨਸ ਜਿਹੜੀਆਂ ਨੇ ਉਹਦੇ ਬਾਰੇ ਗੱਲਬਾਤ ਸੁਣੀ ਗਈ, ਕਿਉਂਕਿ ਸੈਲੂਲਰ ਫੋਨ ਰੈਵੋਲਿਊਸ਼ਨ ਆ ਗਿਆ ਜੀ। ਅਸੀਂ ਇਹ ਦੇਖਦੇ ਹਾਂ ਕਿ ਦੋ ਤਰ੍ਹਾਂ ਦੇ ਫੋਨਸ ਹੁੰਦੇ ਆ, ਇੱਕ ਫੋਨ ਦੇ ਵਿੱਚ ਜਦੋਂ ਸਿਮ ਕਾਰਡ ਪੈਂਦਾ ਉਹਨੂੰ GSM ਫੋਨ ਕਹਿੰਦੇ ਆ। GSM ਦਾ ਮਤਲਬ ਹੈਗਾ ਗਲੋਬਲ ਸੈਟੇਲਾਈਟ ਮੋਬਾਈਲ ਫੋਨ, ਜਿਹਦੇ ਲਈ ਅਸੀਂ ਆਮ ਸਿਮ ਕਾਰਡ ਪਾ ਕੇ ਅਤੇ ਕਨੈਕਟ ਕਰਦੇ ਹਾਂ ਅਤੇ ਗੱਲਬਾਤ ਕਰਦੇ ਹਾਂ। ਫਿਰ ਤੁਸੀਂ ਦੇਖਿਓ ਨਾ, ਥਾਂ ਥਾਂ 'ਤੇ ਟਾਵਰ ਲੱਗੇ ਹੁੰਦੇ ਆ, ਉਹ ਬਿਨਾਂ ਸਿਮ ਕਾਰਡ ਦੇ ਫੋਨ ਹੁੰਦੇ, ਜਿਨ੍ਹਾਂ ਨੂੰ CDMA ਫੋਨ ਕਹਿੰਦੇ ਆ, ਕੋ ਡਿਵੀਜ਼ਨ ਮਲਟੀਪਲ ਐਕਸੈਸ। ਇਹਨਾਂ ਦੋਨਾਂ ਟਾਵਰਾਂ ਦੇ ਨਾਲ ਜਿਹੜੀਆਂ ਰੇਡੀਏਸ਼ਨਸ ਨਿਕਲਦੀਆਂ ਨੇ ਉਹਦੇ ਨਾਲ ਪੂਰੇ ਯੂਨਾਈਟਿਡ ਕਿੰਗਡਮ ਅਤੇ ਯੂਰਪ ਦੇ ਵਿੱਚ 70% ਸਪੈਰੋਜ਼ ਦੀ ਪਾਪੂਲੇਸ਼ਨ ਜਿਹੜੀ ਹੈ ਉਹ ਵਾਈਪ ਆਊਟ ਹੋ ਗਈ। ਫਿਰ ਜਦੋਂ ਮੈਂ ਇਹ ਪੜ੍ਹਿਆ ਅਤੇ ਮੈਂ ਪੰਜਾਬ ਦੇ ਜਲੰਧਰ ਰੀਜਨ ਦੇ ਵਿੱਚ ਸਟੱਡੀ ਸ਼ੁਰੂ ਕੀਤੀ, ਅਤੇ ਨਾਲ ਮੈਂ ਜਿਵੇਂ ਕਿ ਇੰਗਲਿਸ਼ ਦਾ ਪ੍ਰੋਫੈਸਰ ਹੈਗਾ ਪਰ ਸਾਇੰਸ ਗ੍ਰੈਜੂਏਟ ਹੈ, ਮੈਂ ਆਪਣੇ ਨਾਲ ਦੇ ਟੀਚਰਸ ਔਰ ਕੁਝ ਡਾਕਟਰ ਸਾਥੀ ਲੈ ਕੇ ਅਤੇ ਸਟੂਡੈਂਟਸ ਲੈ ਕੇ ਮੈਂ ਸਰਵੇ ਕੀਤਾ, ਅਤੇ ਪਤਾ ਲੱਗਾ, ਤੁਹਾਨੂੰ ਯਾਦ ਹੋਏਗਾ 1990 ਦੇ ਵਿੱਚ ਜਿਹੜੇ ਸਾਡੇ ਕੋਲ ਮੋਬਾਈਲ ਫੋਨ ਹੁੰਦੇ ਸੀ ਉਹਨਾਂ ਫੋਨ ਦੇ ਉੱਪਰ ਨਾ ਇੱਕ ਐਂਟੀਨਾ ਲੱਗਾ ਹੁੰਦਾ ਸੀਗਾ। ਉਹ ਜਦੋਂ ਲੋਕਾਂ ਨੂੰ ਜਾਗਰੂਕਤਾ ਆ ਗਈ ਵੀ ਇਹ ਐਂਟੀਨਾ ਤਾਂ ਲੱਗਾ ਆ ਵੀ ਐਨਰਜੀ ਪੂਰੀ ਇਕੱਠੀ ਕਰਕੇ ਅਤੇ ਡੈਮੇਜ ਕਰਦਾ, ਅਤੇ ਸਪੇਨ ਅਤੇ ਕੈਨੇਡਾ ਅਤੇ ਉਸ ਤੋਂ ਬਾਅਦ ਤੁਹਾਡੇ ਨਿਊਜ਼ੀਲੈਂਡ ਆਸਟ੍ਰੇਲੀਆ ਦੀ ਅਤੇ ਅਮੈਰੀਕਾ ਦੀ ਯੂਨੀਵਰਸਿਟੀ 'ਚ ਰਿਸਰਚ ਹੋਇਆ ਕਿ ਮੋਬਾਈਲ ਟਾਵਰ ਰੇਡੀਏਸ਼ਨ ਜਿਹੜੀ ਹੈ, ਜਦ ਅਸੀਂ ਕਿਸੇ ਨਾਲ ਫੋਨ 'ਤੇ ਗੱਲ ਕਰਦੇ ਹਾਂ ਜਾਂ ਜਿੱਥੇ ਟਾਵਰ ਲੱਗਾ ਉਸ ਇਲਾਕੇ 'ਚ ਰਹਿੰਦੇ ਹਾਂ, ਉਹ ਸਾਡੇ ਬ੍ਰੇਨ ਦੇ ਸਭ ਤੋਂ ਹਾਰਡੈਸਟ ਪਾਰਟ ਕ੍ਰੇਨੀਅਮ ਹੁੰਦਾ ਜੀ, ਜਿਹਨੂੰ ਖੋਪੜੀ ਕਹਿੰਦੇ ਆ, ਉਹ ਕ੍ਰੇਨੀਅਮ ਨੂੰ 1.5 ਇੰਚ ਅੰਦਰ ਪੈਨੀਟ੍ਰੇਟ ਕਰਕੇ ਅਤੇ ਸੈਲਸ ਨੂੰ ਮਾਰਦਾ ਅਤੇ 10 ਸਾਲਾਂ 'ਚ ਬ੍ਰੇਨ ਟਿਊਮਰ ਹੋ ਜਾਂਦਾ। ਯਾਨੀ ਜੇ ਇਨਸਾਨ ਨੂੰ ਇੰਨਾ ਜ਼ਿਆਦਾ ਕਿਰਨਾਂ ਭੇਜ ਕੇ ਨੁਕਸਾਨ ਕਰਦੀਆਂ ਨੇ ਅਤੇ ਪੰਛੀਆਂ ਨੂੰ ਤਾਂ ਕਰਦੀਆਂ ਹੋਣਗੀਆਂ, ਅਤੇ ਉਹਨਾਂ ਨੇ ਦੇਖਿਆ ਵੀ ਜਿਹੜਾ ਸਪੈਰੋਜ਼ ਦੀ ਵਰਾਇਟੀ ਹੈ, ਪੈਸਰ ਡੋਮੈਸਟਿਕਸ ਇੰਡੀਕਸ ਕਹਿੰਦੇ ਜਿਹਨੂੰ ਘਰੇਲੂ ਚਿੜੀਆ ਕਹਿੰਦੇ ਆਪਾਂ ਜਾਂ ਹਾਊਸ ਪੈਰੋ ਕਹਿੰਦੇ ਹਾਂ, ਉਹ ਉੱਥੋਂ 7 ਦਿਨਾਂ 'ਚ ਮਾਈਗ੍ਰੇਟ ਕਰ ਜਾਂਦੀ ਹੈ ਜਿੱਥੇ ਮੋਬਾਈਲ ਟਾਵਰ ਰੇਡੀਏਸ਼ਨ ਹੋਵੇ ਜਾਂ ਜਿੱਥੇ ਜਿਹੜਾ ਹੈ ਮੋਬਾਈਲ ਦੇ ਟਾਵਰ ਲੱਗੇ ਹੋਣ। ਉੱਥੋਂ ਮੈਨੂੰ ਜਾਗਰੂਕਤਾ ਆਈ ਜੀ, ਅਤੇ ਮੈਂ ਇਹਨਾਂ ਦੇ ਬਾਰੇ ਜਦ ਸਟੱਡੀ ਕੀਤੀ ਤਾਂ ਮੈਂ ਸੋਚਿਆ ਕਿਉਂ ਨਾ ਆਪਾਂ ਪੰਜਾਬ ਨੂੰ ਚਿੜੀਆਂ ਦਾ ਚੰਬਾ ਕਿਹਾ ਜਾਂਦਾ ਸੀਗਾ, ਅਤੇ ਆਪਾਂ ਇਹਦੇ ਬਾਰੇ ਜਿਹੜਾ ਹੈ ਸੋਚੀਏ ਅਤੇ ਇਹਨਾਂ ਸਪੈਰੋਜ਼ ਦੇ ਮਾਈਗ੍ਰੇਸ਼ਨ ਬਾਰੇ ਸਟੱਡੀ ਕਰੀਏ ਔਰ ਇਹਨਾਂ ਨੂੰ ਬਚਾਉਣ ਦੇ ਉਪਰਾਲੇ ਕਰੀਏ ਜੀ। ਪ੍ਰੋਫੈਸਰ ਸਾਹਿਬ, ਜਿਸ ਵਕਤ ਤੁਸੀਂ ਸੋਚਿਆ ਇਸ ਨੂੰ ਸਟੱਡੀ ਕੀਤਾ, ਕੀ ਚੀਜ਼ਾਂ ਸੀਗੀਆਂ ਜਿਹੜੀਆਂ ਤੁਸੀਂ ਕਰਨੀਆਂ ਸ਼ੁਰੂ ਕੀਤੀਆਂ, ਕਿਸ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਕਿ ਪੰਛੀਆਂ ਨੂੰ ਸਪੈਰੋਜ਼ ਨੂੰ ਬਚਾਇਆ ਜਾਵੇ, ਕੀ ਕੈਂਪੇਨਸ ਕੀਤੇ ਗਏ? ਹਾਂਜੀ, ਇਹਦੇ ਵਿੱਚ ਇਸ ਤਰ੍ਹਾਂ ਸੀਗਾ ਜੀ ਕਿ ਜਦੋਂ ਮੈਂ ਸਾਰਾ ਸਟਾਰਟ ਕੀਤਾ ਤਾਂ ਮੈਂ ਪਹਿਲਾਂ ਰੀਜ਼ਨ ਲੱਭੇ ਕਿ ਚਿੜੀਆ ਹੀ ਕਿਉਂ ਜਾਂਦੀ ਹੈ, ਕਿਉਂਕਿ ਚਿੜੀਆ ਜਿਹੜੀ ਹੈ ਜਿਹਨੂੰ ਹਾਊਸ ਪੈਰੋ ਕਹਿੰਦੇ ਆ, ਜਿਹਨੂੰ ਪੈਸਰ ਡੋਮੈਸਟਿਕਸ ਇੰਡੀਕਸ ਕਹਿੰਦੇ ਆ, ਇਹਦੀਆਂ 7 ਪ੍ਰਜਾਤੀਆਂ ਨੇ ਜੀ। ਹਿੰਦੁਸਤਾਨ ਦੇ ਵਿੱਚ ਜਿਹੜੀ ਚਿੜੀਆ ਗੁਰਈਆ ਕਹਿੰਦੇ ਆਪਾਂ, ਉਹ ਨੋਰਮਲੀ ਬਾਲਿਆਂ ਵਾਲੀਆਂ ਛੱਤਾਂ ਹੁੰਦੀਆਂ ਸੀ ਸਾਡੇ ਪਿੰਡਾਂ ਦੇ ਵਿੱਚ, ਉਹਨਾਂ 'ਚ ਆਪਣੀ ਚੁੰਝਾਂ ਦੇ ਨਾਲ ਜਿਹੜਾ ਹੈ ਮਿੱਟੀ ਨੂੰ ਖੋਦ ਖੋਦ ਕੇ ਆਪਣੇ ਆਲਣੇ ਬਣਾਉਂਦੀਆਂ ਸੀਗੀਆਂ। ਯਾਨੀ ਸਪੈਰੋਸ ਜਿਹੜੀ ਪੈਸਰ ਡੋਮੈਸਟਿਕਸ ਇੰਡੀਕਸ ਪ੍ਰਜਾਤੀ ਜੋ ਇੰਡੀਆ ਬੰਗਲਾਦੇਸ਼ ਪਾਕਿਸਤਾਨ 'ਚ ਪਾਈ ਜਾਂਦੀ ਹੈ, ਉਹੀ ਜਿਹੜੀ ਹੈ ਸਾਡੇ ਇਹਨਾਂ ਏਰੀਆਸ 'ਚ ਰਹਿੰਦੀ ਸੀ ਅਤੇ ਬਾਲੇ ਵਾਲੀ ਛੱਤਿਆਂ 'ਚ ਆਪਣਾ ਆਲਣਾ ਬਣਾਉਂਦੀਆਂ ਸੀਗੀਆਂ। ਕਿਉਂ ਬਣਾਉਂਦੀਆਂ ਸੀਗੀਆਂ? ਕਿਉਂਕਿ ਘਰਾਂ ਦੇ ਆਸ ਪਾਸ ਖੇਤ ਹੁੰਦੇ ਸੀ, ਉੱਥੇ ਮਟਰ ਹੁੰਦੇ ਸੀ, ਉਦੋਂ ਮਟਰ ਦੇ ਦਾਣੇ ਆਪਾਂ ਲਿਆਉਂਦੇ ਸੀ, ਮਟਰ ਛਿਲਦੇ ਸੀਗੇ ਪੀ ਪੋਟਸ ਵਿੱਚੋਂ, ਜਿਹੜੇ ਦਾਣੇ ਬਚ ਗਏ ਉਹ 'ਚ ਸੁੰਡੀਆਂ ਪੈ ਜਾਂਦੀਆਂ ਸੀਗੀਆਂ, ਅਤੇ ਮੈਨੂੰ ਇਹ ਪਤਾ ਲੱਗਾ ਕਿ ਵੀ ਸੁੰਡੀਆਂ ਇਹਨਾਂ ਦੀਆਂ ਪ੍ਰਾਇਮਰੀ ਡਾਇਟ ਹੈਗੀਆਂ, ਜਿਨ੍ਹਾਂ ਨੂੰ ਲਾਰਵੀ ਕਹਿੰਦੇ ਆ, ਜਿਨ੍ਹਾਂ ਨੂੰ ਐਫਿਡਸ ਵੀ ਕਹਿੰਦੇ ਆ, ਅਤੇ ਇਹ ਜਿਹੜੀ ਲਾਰਵੀ ਹੈਗੀ ਆ ਇਹ ਪ੍ਰੋਟੀਨ ਰਿਚ ਹੁੰਦੀ ਹੈ। ਜਦੋਂ ਪੰਛੀ ਦੇ ਬੱਚੇ ਪੈਦਾ ਹੁੰਦੇ ਆਂਡੇ 'ਚੋਂ, ਉਹ ਬਿਨਾਂ ਵਿੰਗਸ ਤੋਂ ਹੁੰਦੇ ਆ, ਅਤੇ ਵਿੰਗਸ ਨੂੰ ਗਰੋ ਕਰਨ ਲਈ ਪ੍ਰੋਟੀਨ ਡਾਇਟ ਚਾਹੀਦੀ ਹੈ,
ਬੱਚੇ ਦਾਣੇ ਨਹੀਂ ਖਾਂਦੇ ਤੇ ਮੇਰੇ ਇਹ ਰਿਸਰਚ ਵਿੱਚ ਮੈਨੂੰ ਪਤਾ ਲੱਗਾ ਕਿ ਜਿਹੜੀਆਂ ਪ੍ਰੋਟੀਨ ਰਿਚ ਸੁੰਡੀਆਂ ਨੇ ਉਹ ਮਾਂ ਪਿਓ ਲਿਆ ਕੇ ਆਪਣੇ ਬੱਚਿਆਂ ਨੂੰ ਦਿੰਦੇ ਨੇ ਮੈਂ ਫਿਰ ਲੱਕੜੀ ਦੇ ਆਲਣੇ ਬਣਾਉਣੇ ਸ਼ੁਰੂ ਕੀਤੇ ਜੀ ਪਲਾਈ ਬੋਰਡ ਦੇ ਵਾਟਰ ਪਰੂਫ ਐਂਡ ਟਰਮਾਈਡ ਪਰੂਫ ਹੱਟ ਸ਼ੇਪ ਡਿਜ਼ਾਈਨ ਦੇ ਬਣਾਏ ਜੀ ਅਤੇ ਪਿਛਲੇ ਮੈਂ 18 ਸਾਲਾਂ 'ਚ ਕੋਈ ਜਿਹੜਾ ਹੈ 1500 ਦੇ ਕਰੀਬ ਜਿਹੜੇ ਹੈਗੇ ਨੇ ਇਹ ਫਰੀ ਆਫ ਕੋਸਟ ਲਗਾਏ ਨੇ ਵਾਟਰ ਪਰੂਫ ਅਤੇ ਟਰਮਾਈਡ ਪਰੂਫ ਹੱਟ ਸ਼ੇਪ ਡਿਜ਼ਾਈਨ ਦੇ ਆਲਣੇ ਬਣਾ ਕੇ ਜੋ 7x9 ਇੰਚ ਦੇ ਹੁੰਦੇ ਨੇ ਸਾਈਜ਼ ਦੇ ਔਰ 1 ਇੰਚ ਦਾ ਡਾਇਆਮੀਟਰ ਦਾ ਆਪਾਂ ਹੋਲ ਰੱਖਦੇ ਹਾਂ ਤਾਂ ਕਿ ਉਹ 'ਚੋਂ ਇਕੱਲੀ ਚਿੜੀਆ ਜਾਏ ਉਹਦੇ ਪਰ ਪਕਸ਼ੀ ਨਾ ਜਾਣ ਸੱਪ ਬਿੱਲੀ ਬਾਜ ਉਹ ਨਾ ਐਂਟਰ ਕਰਨ ਅਤੇ ਮੈਂ ਬਰਾਮਦੇ ਦੇ ਵੱਧ ਰਿਹਾ ਚਲਾਉਂਦਾ ਹਾਂ ਜਿੱਥੇ ਬਾਛੜ ਸਿੱਧੀ ਨਾ ਪਏ ਧੁੱਪ ਸਿੱਧੀ ਨਾ ਪਏ ਅਤੇ ਉੱਥੇ ਇਸ ਸੀਜ਼ਨ ਦੇ ਵਿੱਚ ਜਿਹੜਾ ਇਹਨਾਂ ਦਾ ਬਰੀਡਿੰਗ ਸੀਜ਼ਨ ਹੁੰਦਾ ਅਕਤੂਬਰ ਦੇ ਵਿੱਚ 4-4 ਆਂਡੇ ਦਿੰਦੀਆਂ ਨੇ ਅਤੇ ਹੁਣ ਤੱਕ ਜਿਹੜਾ ਹੈ ਜੋ ਮੈਂ ਜਿਹੜੇ ਵੀ ਘਰ ਲਾਉਂਦਾ ਫਰੀ ਆਫ ਕੋਸਟ ਉਹ ਘਰ ਜਾ ਕੇ ਵਿਜ਼ਿਟ ਵੀ ਕਰਦਾ ਰੈਜ਼ੀਡੈਂਸ਼ੀਅਲ ਏਰੀਆ ਲਾਈਦਾ ਸੀ ਉੱਥੇ ਜਿੱਥੇ ਚਿੜੀਆ ਆਉਂਦੀ ਦਾਣਾ ਪਾਣੀ ਖਾਣ ਆਪਾਂ ਉਹਨਾਂ ਨੂੰ ਕਹੀਦਾ ਤੁਸੀਂ ਕੁੱਜਾ ਲਾਓ ਇੱਕ ਪਾਣੀ ਦਾ ਇੱਕ ਲਾਓ ਸਤਨਾਜੇ ਦਾ ਜੇ ਤੁਸੀਂ ਫੀਡ ਦਿਓਗੇ ਮੈਂ ਸ਼ੈਲਟਰ ਫਰੀ ਆਫ ਕੋਸਟ ਦਊਂਗਾ ਔਰ ਸਾਲ 'ਚ ਮੈਂ 4 ਵਾਰ ਆ ਕੇ ਚੈੱਕ ਕਰਾਂਗਾ ਅਤੇ ਮੈਨੂੰ ਲੋਕਾਂ ਨੇ ਕਿਹਾ ਕਿ ਬਈ ਇਹ ਤਾਂ ਅੰਦਰ ਬਿੱਠਾਂ ਕਰਕੇ ਗੰਦ ਪਾ ਦੇਣਗੀਆਂ ਅਤੇ ਮੈਂ ਉਹ ਵੀ ਜਾ ਕੇ ਦੇਖਿਆ ਉੱਥੇ ਸ਼ੋਧ ਕੀਤਾ ਉੱਥੇ ਬਹਿ ਕੇ ਵਾਚ ਕੀਤਾ ਇਹਨਾਂ ਨੂੰ ਬਾਈਨੋਕੁਲਰਸ ਦੇ ਨਾਲ ਚਿੜੀਆਂ ਇਨਸਾਨਾਂ ਨਾਲੋਂ ਜ਼ਿਆਦਾ ਸਮਝਦਾਰ ਨੇ ਉਹ ਆਪਣੇ ਚੁੰਝ ਨਾਲ ਬਿੱਠ ਚੱਕ ਕੇ ਬਾਹਰ ਸੁੱਟ ਜਾਂਦੀ ਹੈ ਆਪਣਾ ਘਰ ਸਾਫ਼ ਰੱਖਦੀ ਹੈ ਸੋ ਇਹ ਵੀ ਇੱਕ ਬੜੀ ਅੱਛੀ ਗੱਲ ਸੀਗੀ ਅਤੇ ਜਿੱਥੇ ਜਿੱਥੇ ਜਿਵੇਂ ਪੱਤਾ ਗੋਭੀ ਦੇ ਖੇਤ ਹੈਗੇ ਨੇ ਜਾਂ ਹੋਰ ਖੇਤ ਨੇ ਆਪਾਂ ਉੱਥੇ ਵੈਜੀਟੇਬਲਸ ਲਗਾਏ ਨੇ ਜਿੱਥੇ ਕੋਈ ਅਸੀਂ ਫਲਾਰ ਬੈਡਸ ਲਗਾਏ ਨੇ ਉੱਥੇ ਬਟਰਫਲਾਈਜ਼ ਆਉਂਦੀਆਂ ਨੇ ਬਟਰਫਲਾਈਜ਼ ਜਿਹੜੀਆਂ ਨੇ ਆਪਣੇ ਆਂਡੇ ਦਿੰਦੀਆਂ ਨੇ ਆਂਡਿਆਂ 'ਚੋਂ ਸੁੰਡੀਆਂ ਨਿਕਲਦੀਆਂ ਨੇ ਸੁੰਡੀਆਂ ਨਾ ਪੰਛੀਆਂ ਦੀ ਪ੍ਰਾਇਮਰੀ ਡਾਇਟ ਬਣਦੀਆਂ ਨੇ ਫਿਰ ਮੈਂ ਇੱਕ ਹੋਰ ਚੀਜ਼ ਲੱਭੀ ਕਿ ਚਿੜੀਆ 'ਤੇ ਹੀ ਕਿਉਂ ਰੇਡੀਏਸ਼ਨ ਅਟੈਕ ਕਰਦੀ ਹੈ ਕਿਉਂਕਿ ਚਿੜੀਆ ਹਾਊਸ ਪੈਰੋ ਦਾ ਜਿਹੜਾ ਸਕੈਲਟਨ ਹੁੰਦਾ ਜੀ ਉਹ ਈਅਰ ਪਿੰਨੇ 'ਚ ਸਾਡੇ ਨੇ ਇੱਥੇ ਕਾਰਟੀਲੇਜ ਹੁੰਦਾ ਸੌਫਟ ਬੋਨ ਕਹਿੰਦੇ ਇਹਨੂੰ ਉਹ ਸੌਫਟ ਬੋਨ ਦਾ ਬਣਿਆ ਹੁੰਦਾ ਤਾਂ ਹੀ 7 ਦਿਨਾਂ 'ਚ ਉਹ ਉਹਨਾਂ ਨੂੰ ਭੇਜ ਦਿੰਦੀ ਹੈ ਕਿਰਨਾਂ ਅਤੇ ਉਹਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੰਦੀ ਹੈ ਤੁਸੀਂ ਕਾਮਨ ਐਗਜ਼ਾਮਪਲ ਲਈਓ ਤੁਸੀਂ ਕਦੀ ਵੀ ਮੋਬਾਈਲ ਫੋਨ 'ਤੇ ਕਿਸੇ ਨਾਲ 10 ਮਿੰਟ ਗੱਲ ਕਰੋ ਤੁਹਾਡਾ ਈਅਰ ਡਰਮ ਅੰਦਰ ਜਿਹੜਾ ਹੈ ਗਰਮ ਹੋ ਜਾਏਗਾ ਇਟ ਇਜ਼ ਅ ਕਲੀਅਰ ਕੱਟ ਇੰਡੀਕੇਸ਼ਨ ਕਿ ਇਹ ਕੈਂਸਰਸ ਟਿਸ਼ੂਜ਼ ਬਣਾਉਂਦਾ ਹੈ 8-10 ਸਾਲਾਂ 'ਚ ਜੇ ਲਗਾਤਾਰ ਆਪਾਂ ਕੰਨ ਚਲਾ ਕੇ ਫੋਨ ਸੁਣੀਏ ਡਿਵੈਲਪਡ ਕੰਟਰੀਜ਼ ਦੇ ਵਿੱਚ ਲੋਕ ਹੈਂਡਫੋਨ ਯੂਜ਼ ਕਰਦੇ ਆ ਸਪੀਕਰ ਫੋਨ ਦੇ ਨਾਲ ਜਾਂ ਉਹ ਲਗਾਉਂਦੇ ਨੇ ਆਪਣੇ ਈਅਰ ਨਾਲ ਲਗਾ ਲੈਂਦੇ ਨੇ ਪਲੱਗਸ ਅਟੈਚਮੈਂਟ ਕਰ ਲੈਂਦੇ ਆ ਅਤੇ ਆਪਾਂ ਇੰਡੀਅਨਸ ਜਿਹੜੇ ਕੰਨ ਚਲਾਉਂਦੇ ਏਸ਼ੀਅਨਸ ਲਾਉਂਦੇ ਲੈਕ ਆਫ ਨੌਲੇਜ ਕਰਕੇ ਅਤੇ ਸਾਨੂੰ ਜ਼ਿਆਦਾ ਨੁਕਸਾਨ ਪੈਦਾ ਕਰਦੀਆਂ ਨੇ ਜੀ ਇਹ ਅਤੇ ਸਰ ਸਪੈਰੋਜ਼ ਨੂੰ ਬਚਾਉਣ ਦੇ ਨਾਲ ਨਾਲ ਤੁਸੀਂ ਇੱਕ ਕੈਂਪੇਨ ਸ਼ੁਰੂ ਕੀਤਾ ਜਿਸ ਵਿੱਚ ਬਟਰਫਲਾਈਜ਼ ਨੂੰ ਵੀ ਪ੍ਰੋਟੈਕਟ ਕੀਤਾ ਜਾਵੇ ਬਟਰਫਲਾਈਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਕੀ ਕਰ ਰਹੇ ਹੋ ਅਤੇ ਇੱਕ ਹੋਰ ਚੀਜ਼ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਕਿ ਬਟਰਫਲਾਈਜ਼ ਦਾ ਜਿਹੜਾ ਫਾਰਮਿੰਗ ਹੈਗੀ ਹੈ ਐਗਰੀਕਲਚਰ ਹੈਗਾ ਆ ਉਹਦੇ ਵਾਸਤੇ ਵੀ ਕੀ ਫਾਇਦੇ ਨੇ ਉਹ ਵੀ ਜ਼ਰੂਰ ਦੱਸਣਾ ਬਿਲਕੁਲ ਜੀ ਮੈਂ ਤੁਹਾਨੂੰ ਨਾ ਇੱਕ ਆਹ ਦਿਖਾ ਰਿਹਾ ਜੀ ਇਹ ਜਿਹੜਾ ਹੈ ਮੈਂ ਜਦੋਂ ਕੰਮ ਕੀਤਾ ਸਟਾਰਟ ਬਚਾਉਣ ਦਾ ਚਿੜੀਆ ਦਾ ਕਿਉਂਕਿ ਚਿੜੀਆ ਜਿਹੜੀ ਹੈ ਜਿੰਨੇ ਵੀ ਓਰਿੰਥੋਲੋਜਿਸਟ ਨੇ ਪੰਛੀ ਵਿਗਿਆਨੀ ਨੇ ਉਹ ਇਹਨੂੰ ਕਹਿੰਦੇ ਕਿ ਇਹ ਇਨਵਾਇਰਮੈਂਟ ਇੰਡੀਕੇਟਰ ਹੈ ਵਧੀਆ ਵਾਤਾਵਰਣ ਦਾ ਸੂਚਕ ਹੈ ਚਿੜੀਆ ਕਿਉਂਕਿ ਚਿੜੀਆ 1 ਰਿਕਟਰ ਸਕੇਲ 'ਤੇ ਅਰਥਕੁਏਕ ਆਏ 'ਤੇ ਚਹਿਚਹਾਟ ਸ਼ੁਰੂ ਕਰ ਦਿੰਦੀ ਤੁਸੀਂ ਨਿਕਲ ਕੇ ਬਾਹਰ ਆਏ ਨੇ ਆਪਣੇ ਘਰਾਂ ਤੋਂ ਔਰ ਪੰਜਾਬ ਤੁਹਾਨੂੰ ਪਤਾ ਅਰਥਕੁਏਕ ਰਿਸਕ ਜ਼ੋਨ ਨੰਬਰ 4 ਅਤੇ 5 ਵਿੱਚ ਹੈਗਾ ਇੱਥੇ ਜਦੋਂ ਭੂਚਾਲ ਆਉਣਾ 7 ਰਿਕਟਰ ਸਕੇਲ ਦਾ ਆਉਣਾ ਪਰ ਦੂਸਰਾ ਸਵਾਲ ਅਸੀਂ ਬਚਦੇ ਕਿੱਦਾਂ ਪਏ ਹਾਂ ਕਿਉਂਕਿ 5 ਪਾਣੀਆਂ ਦੀ ਧਰਤੀ ਹੈ ਰੇਤਲੀ ਪਠਾਰ ਆ 150 ਕਿਲੋਮੀਟਰ ਥੱਲੇ ਜਿਹੜਾ ਹੈ ਸਪੰਜ ਇਫੈਕਟ ਹੈ ਅਤੇ ਜਦੋਂ ਅਰਥਕੁਏਕ ਆਉਂਦਾ ਤਾਂ ਸਵਿੰਗਿੰਗ ਐਕਸ਼ਨ ਹੋ ਜਾਂਦਾ ਘਰ ਡਿੱਗਦਾ ਨਹੀਂ ਹੈਗਾ ਅਤੇ ਜਦੋਂ ਮੈਂ ਸਾਰਾ ਦੇਖਿਆ ਤਾਂ ਮੈਨੂੰ ਇਹ ਪਤਾ ਲੱਗਾ ਵੀ ਚਿੜੀਆ ਦੇ ਪਰ ਪਕਸ਼ੀ ਹੈਗੇ ਸੱਪ ਬਿੱਲੀ ਬਾਜ ਪਰ ਇਹਨਾਂ ਦੀ ਪ੍ਰਾਇਮਰੀ ਡਾਇਟ ਹੈ ਬਟਰਫਲਾਈ ਅਤੇ ਸਾਡੇ ਜਿੰਨੀ ਐਫਲੂਐਂਟ ਸੁਸਾਇਟੀ ਹੈਗੀ ਹੈ ਜਿੰਨੇ ਸਾਡੇ ਅਮੀਰ ਅਪਰ ਕਲਾਸ ਸੁਸਾਇਟੀ ਦੇ ਲੋਕ ਨੇ ਉਹ ਜਿਹੜੇ ਨੇ ਕਈ ਵਾਰ ਇੱਦਾਂ ਦੇ ਫੋਟੋ ਫਰੇਮਸ ਜਿਹੜੇ ਨੇ ਖਰੀਦ ਕੇ ਰੱਖਦੇ ਜੋ 5,000 ਤੋਂ 10,000 ਰੁਪਏ ਦਾ ਆਉਂਦਾ ਹੈ ਜਿਹ 'ਚ ਅਸਲੀ ਤਿਤਲੀਆਂ ਨੂੰ ਮਾਰ ਕੇ ਜਿਹੜਾ ਹੈ ਪੋਲੀਥੀਨ 'ਚ ਪੈਕ ਕਰਕੇ ਜਾਂ ਲੈਮੀਨੇਟ ਕਰਕੇ ਵੇਚਿਆ ਜਾਂਦਾ ਅਤੇ ਮੈਂ ਇਹ 11 ਸਾਲ ਪਹਿਲਾਂ ਇਹ ਵੀ ਸਟਾਰਟ ਕੀਤਾ ਕਿ ਜਦੋਂ ਪਤਾ ਲੱਗਾ ਕਿ ਤਿਤਲੀਆਂ ਹੀ ਸਾਡੀਆਂ ਪ੍ਰਾਇਮਰੀ ਡਾਇਟ ਨੇ ਪੰਛੀਆਂ ਦੀਆਂ ਅਤੇ ਵੀ ਸ਼ੁੱਡ ਸੇ ਨੋ ਟੂ ਦਾ ਡੈਕੋਰੇਟਿਵ ਰੀਅਲ ਬਟਰਫਲਾਈ ਫੋਟੋ ਫਰੇਮਸ ਆਪਾਂ ਨੂੰ ਅਸਲੀ ਜਿਹੜੇ ਫੋਟੋ ਫਰੇਮਸ ਨੇ ਉਹ ਘਰ 'ਚ ਨਹੀਂ ਰੱਖਣੇ ਚਾਹੀਦੇ ਇਹ ਮੈਂ ਕਿਸੇ ਦੇ ਘਰੋਂ ਮੋਟੀਵੇਟ ਕਰਕੇ ਲੈ ਕੇ ਆਇਆ ਮੈਂ ਕਿਹਾ ਪਲੀਜ਼ ਤੁਸੀਂ ਇਹਨਾਂ ਨੂੰ ਨਾ ਕਰ ਦਿਓ ਅਤੇ ਫੋਟੋ ਖਿੱਚੋ ਤਿਤਲੀ ਦੀ ਫੋਟੋ ਖਿੱਚੋ ਤਿਤਲੀ ਦਾ ਵੀਡੀਓ ਬਣਾਓ ਪਰ ਉਹਨੂੰ ਮਾਰੋ ਨਾ ਕਿਉਂਕਿ ਤਿਤਲੀਆਂ ਦੀ ਜਿਹੜੀ ਪ੍ਰੋਟੀਨ ਕੰਟੈਂਟ ਹੈਗਾ ਇਹਨਾਂ ਦੇ ਬੋਡੀ ਦੇ ਵਿੱਚ ਉਹੀ ਮੇਨ ਡਾਇਟ ਹੈ ਪੰਛੀਆਂ ਦਾ ਸੋ ਮੈਂ 11 ਸਾਲ ਤੋਂ ਇਹ ਵੀ ਮੁਹਿੰਮ ਚਲਾ ਰਿਹਾ ਜੀ ਜਿੰਨੀਆਂ ਤਿਤਲੀਆਂ ਨੇ ਇਹ ਤੁਹਾਡੇ ਜਿੱਦਾਂ ਦੇ ਹੈਬੀਟੈਟ ਨੇ ਉਸ ਹਿਸਾਬ ਨਾਲ ਆਉਂਦੀਆਂ ਤੁਸੀਂ ਆਹ ਦੇਖੋਗੇ ਇਹ ਲੈਮਨ ਬਟਰਫਲਾਈ ਹੈ ਇਹ ਸਿਟਰਸ ਫਰੂਟ ਦੇ ਜਿੰਨੇ ਪੌਦੇ ਲਾਓਗੇ ਕਿੰਨੂ ਹੈ ਬੋਨਸਾਈ ਵਰਾਇਟੀ ਦਾ ਕਿੰਨੂ ਹੈ ਨਿੰਬੂ ਹੈ ਮਾਲਟਾ ਹੈ ਉਹਦੇ ਉੱਪਰ ਆਉਂਦੀ ਹੈ ਇਹ ਜਿਹੜਾ ਦੇਖੋਗੇ ਤੁਸੀਂ ਇਹ ਟਾਈਗਰ ਬਟਰਫਲਾਈ ਹੈ ਇਹ ਜਿਹੜੀ ਹੈਗੀ ਆ ਅੱਕ ਦੇ ਬੂਟੇ 'ਤੇ ਆਉਂਦੀ ਹੈ ਕੌੜੀ ਹੁੰਦੀ ਇਹਨੂੰ ਪੰਛੀ ਨਹੀਂ ਖਾਂਦੇ ਹੈ ਸੋ ਤਿਤਲੀਆਂ ਦਾ ਜਿਹੜਾ ਹੈ ਇਹ ਬਹੁਤ ਵੱਡਾ ਰੋਲ ਹੈ ਕਿ ਇਹ ਨੋਰਮਲੀ ਸਾਡੇ ਪੋਲੀਨੇਸ਼ਨ ਦੀ ਪ੍ਰਕਿਰਿਆ ਕਰਕੇ ਸੇਚਨ ਦੀ ਪ੍ਰਕਿਰਿਆ ਕਰਕੇ ਸਾਨੂੰ ਵੈਜੀਟੇਬਲਸ ਔਰ ਫਰੂਟਸ ਦਿੰਦੀਆਂ ਨੇ ਜੇ ਇਹ ਪੋਲੀਨੇਸ਼ਨ ਨਾ ਕਰਨ ਮੇਲ ਨੂੰ ਫੀਮੇਲ 'ਚ ਟ੍ਰਾਂਸਫਰ ਨਾ ਕਰਨ ਪੋਲਨ ਗ੍ਰੇਨਸ ਨੂੰ ਅਤੇ ਸਾਡੇ ਕੋਲ ਕੋਈ ਪੌਦਾ ਜਿਹੜਾ ਹੈ ਫਰੂਟ ਅਤੇ ਵੈਜੀਟੇਬਲ ਨਾ ਦੇਵੇ ਤਕਰੀਬਨ ਸਾਲ ਦਾ $2,000 ਬਿਲੀਅਨ ਦਾ ਫਾਇਦਾ ਪਹੁੰਚਾਉਂਦੀਆਂ
ਪ੍ਰੋਫੈਸਰ ਸਾਹਿਬ, ਇੱਕ ਹੋਰ ਚੀਜ਼ ਆਉਂਦੀ ਹੈ ਕਿ ਜਿਸ ਵਕਤ ਅਸੀਂ ਪਹਿਲਾਂ ਦੇਖਦੇ ਸੀਗੇ, ਅਸੀਂ ਆਪਣੇ ਛੋਟੇ ਜਿਸ ਵਕਤ ਹੁੰਦੇ ਸੀ ਅਸੀਂ ਦੇਖਦੇ ਸੀਗੇ ਬਹੁਤ ਰੰਗੀਨ ਤਿੱਤਲੀਆਂ ਹੁੰਦੀਆਂ ਸੀਗੀਆਂ, ਅੱਜ ਕੱਲ੍ਹ ਉਹ ਰੰਗੀਨ ਤਿੱਤਲੀਆਂ ਦਿਖਦੀਆਂ ਨਹੀਂ ਪਈਆਂ, ਉਹ ਸਾਰੀਆਂ ਇੰਸਟਿੰਕਟ ਹੋ ਚੁੱਕੀਆਂ ਨੇ, ਉਹਦਾ ਕੀ ਕਾਰਨ ਹੈਗਾ ਆ? ਉਹਦਾ ਕਾਰਨ ਇਹ ਜੀ, ਦੁਨੀਆ 'ਚ 2400 ਤਿੱਤਲੀ ਦੀਆਂ ਸਪੀਸ਼ੀਜ਼ ਹੈਗੀਆਂ ਨੇ, 1500 ਇੰਡੀਆ 'ਚ ਪਾਈਆਂ ਜਾਂਦੀਆਂ ਨੇ, ਪੰਜਾਬ 'ਚ 150 ਨੇ। ਹੁਣ ਆਪਾਂ ਜਿਹੜੇ ਪਾਰਕ 'ਚ ਖੜ੍ਹੇ ਹਾਂ, ਤੁਸੀਂ ਧਿਆਨ ਦੇ ਕੇ ਦੇਖਣਾ, ਇੱਥੇ ਫਲਾਰਿੰਗ ਪਲਾਂਟਸ ਘੱਟ ਆ। ਅਸੀਂ ਜਿਹੜੇ ਵੀ ਪਾਰਕ ਇੰਡੀਆ 'ਚ ਡਿਵੈਲਪ ਕਰ ਰਹੇ ਹਾਂ ਉੱਥੇ ਲਾਉਂਦੇ ਫਾਈਕਸ। ਅਸੀਂ ਜਦੋਂ ਨੋਨ ਫਲਾਰਿੰਗ ਪਲਾਂਟਸ ਲਾਵਾਂਗੇ ਤਾਂ ਤਿੱਤਲੀਆਂ ਕਿੱਥੋਂ ਆਉਣਗੀਆਂ? ਤੁਸੀਂ ਗੇਂਦਾ ਲਾਓ, ਤੁਸੀਂ ਗੁਲਾਬ ਲਾਓ, ਜਾਂ ਤੁਸੀਂ ਕਲੀ ਲਗਾਓ, ਜਾਂ ਡਿਫਰੈਂਟ ਤਰ੍ਹਾਂ ਦੇ ਫਲਾਰਸ ਲਗਾਓ। ਜੇ ਫਲਾਰਸ ਲਗਾਓਗੇ ਤਾਂ ਨੈਕਟਰ ਚੂਸਣ ਦੇ ਲਈ ਤਿੱਤਲੀ ਆਏਗੀ, ਹਨੀ ਬੀ ਆਏਗੀ। ਹਨੀ ਬੀਜ਼ ਔਰ ਜਿਹੜੀਆਂ ਤੁਹਾਡੀਆਂ ਤਿੱਤਲੀਆਂ ਨੇ, ਇਹ ਤੁਹਾਡੇ ਪੋਲੀਨੇਸ਼ਨ ਦੀ ਪ੍ਰਕਿਰਿਆ 'ਚ ਮਦਦ ਕਰਦੀਆਂ ਨੇ ਜੇ ਫੁੱਲ ਲੱਗੇ ਹੋਣ। ਜਦੋਂ ਤੁਹਾਡੇ ਆਸੇ ਪਾਸੇ ਫੁੱਲ ਹੀ ਹੈ ਨਹੀਂ, ਪੇੜ ਲੱਗੇ ਆ, ਤਾਂ ਤਿੱਤਲੀਆਂ ਕਿੱਥੋਂ ਆਉਣਗੀਆਂ? ਸੋ ਮੈਂ ਇਹ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ, ਜਿਵੇਂ ਕਿ ਮੈਂ ਸਪੈਰੋਜ਼ ਮੁਹਿੰਮ ਦੇ ਵਿੱਚ ਬਾਇਨੋਕੁਲਰ ਲੈ ਕੇ, ਮੈਂ ਲਾਈਨ ਟ੍ਰਾਂਜੈਕਸ਼ਨ ਮੈਥਡ ਯੂਜ਼ ਕਰਕੇ ਉਹਦੇ ਨਾਲ ਹਰ ਇਲਾਕੇ 'ਚ ਜਾ ਕੇ 3 ਵਾਰ ਰੀਡਿੰਗ ਲਈ ਵੀ ਕਿੰਨੇ ਮੇਲ ਸਪੈਰੋ ਆ, ਕਿੰਨੇ ਫੀਮੇਲ ਆ, ਕਿੰਨੇ ਬੱਚੇ, ਅਤੇ ਮੈਂ ਸਪੈਰੋ ਮੈਪ ਆਫ ਜਲੰਧਰ ਬਣਾ ਕੇ ਸਰਕਾਰ ਨੂੰ ਭੇਜਿਆ ਅਤੇ ਉਹਦੀ ਸ਼ਲਾਘਾ ਵੀ ਹੋਈ। ਇੱਦਾਂ ਹੀ ਮੇਰੀ ਇੱਕ ਤਮੰਨਾ ਹੈ ਕਿ ਪੰਜਾਬ ਦੇ ਵਿੱਚ ਆਪਾਂ ਬਟਰਫਲਾਈ ਪਾਰਕ ਬਣਾਈਏ, ਜਿੱਥੇ ਆਪਾਂ ਖੜ੍ਹੇ ਹਾਂ ਵੀ ਪਾਰਕ ਹੈ। ਜੇ ਮਿਊਂਸੀਪਲ ਕਾਰਪੋਰੇਸ਼ਨ ਜਾਗਰੂਕਤਾ ਕਰਦੇ ਹੋਏ ਇੱਥੇ ਫੁੱਲ ਬੂਟੇ ਲਾ ਦੇਵੇ ਅਤੇ ਉਹਦੇ ਨਾਲ ਤੁਹਾਡੇ ਕੋਲ ਬਟਰਫਲਾਈਜ਼ ਆਉਣਗੀਆਂ, ਤੁਸੀਂ ਦੁਪਹਿਰੇ ਆਓ ਅਤੇ ਵੇਖੋ ਤਿੱਤਲੀਆਂ ਤੁਹਾਨੂੰ ਨਜ਼ਰ ਆਉਣਗੀਆਂ, ਕਿਉਂਕਿ ਦੁਪਹਿਰੇ ਉੱਡਦੀਆਂ ਨੇ। ਸੋ ਬਟਰਫਲਾਈਜ਼ ਪਾਰਕ ਬਣਾਉਣ ਦੇ ਲਈ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜਾ ਹੈ ਫਲਾਰਸ ਲਗਾਈਏ, ਹਰ ਸੀਜ਼ਨ ਦੇ ਫੁੱਲ ਲਾਈਏ, ਉਹਦੇ ਨੈਕਟਰ ਚੂਸਣ ਦੇ ਲਈ ਉਹਨਾਂ ਦਾ ਜਿਹੜਾ ਫੂਡ ਕੰਟੈਂਟ ਹੁੰਦਾ ਉਹ ਤਿੱਤਲੀਆਂ ਆਉਣਗੀਆਂ। ਫਿਰ ਪ੍ਰੋਫੈਸਰ ਸਾਹਿਬ, ਤੁਸੀਂ ਕਿਹਾ ਕਿ ਤੁਸੀਂ ਬਟਰਫਲਾਈ ਪਾਰਕ ਬਣਾਉਣਾ ਚਾਹੁੰਦੇ ਹੋ, ਅਤੇ ਕੀ ਤੁਹਾਨੂੰ ਉਹਦੇ ਵਾਸਤੇ ਕਿਸ ਕਿਸ ਚੀਜ਼ ਦੀ ਲੋੜ ਹੈਗੀ ਹੈ ਅਤੇ ਕਿਸ ਤਰੀਕੇ ਨਾਲ ਇਹ ਪਾਰਕ ਬਣਾਇਆ ਜਾਏਗਾ? ਇਹ ਬਹੁਤ ਸੌਖਾ ਹੈ ਜੀ। ਜਿਵੇਂ ਮੈਂ ਦੁਆਬਾ ਕਾਲਜ ਅੰਗਰੇਜ਼ੀ ਦਾ ਪ੍ਰੋਫੈਸਰ ਹਾਂ, ਮੈਂ ਆਪਣੇ ਪ੍ਰਿੰਸੀਪਲ ਸਾਹਿਬ ਡਾਕਟਰ ਪ੍ਰਦੀਪ ਭੰਡਾਰੀ ਜੀ ਨੂੰ ਬੇਨਤੀ ਕੀਤੀ, ਉਹ ਕਹਿੰਦੇ ਸਾਡੇ ਬੋਟੈਨੀਕਲ ਗਾਰਡਨ ਆਪਾਂ ਸੀਜ਼ਨਲ ਫਲਾਰ ਲਾਉਂਦੇ ਹਾਂ, ਉਹਨਾਂ ਨੇ ਕਿਹਾ ਕੀ ਚਾਹੀਦਾ? ਮੈਂ ਕਿਹਾ ਜੀ ਮੈਨੂੰ ਫਲਾਰਸ ਚਾਹੀਦੇ ਆ, ਉਹਦੇ ਸੈਪਲਿੰਗਸ ਲਿਆਓ, ਉਹਨੂੰ ਗੋਹੇ ਦੀ ਖਾਦ ਪਾਓ, ਮੱਲ ਲਈ ਉਹਨੂੰ ਨਰਚਰ ਕਰੇ, ਜਦੋਂ ਫਲਾਰਿੰਗ ਸੀਜ਼ਨ ਆਏਗਾ ਫਲਾਰਸ ਆਣਗੇ, ਆਟੋਮੈਟਿਕਲੀ ਤਿੱਤਲੀਆਂ ਆ ਜਾਣਗੀਆਂ। ਕੁਛ ਕਰਨ ਦੀ ਲੋੜ ਨਹੀਂ ਹੈ, ਸਾਨੂੰ ਫੁੱਲਾਂ ਦੇ ਪੌਦੇ ਚਾਹੀਦੇ ਆ, ਸਾਨੂੰ ਉਹਦੀ ਖਾਦ ਚਾਹੀਦੀ ਹੈ, ਉਹਦੀ ਕੇਅਰ ਮਕੈਨਿਜ਼ਮ ਚਾਹੀਦਾ, ਸਪ੍ਰਿੰਕਲਰਸ ਚਾਹੀਦੇ ਜਿਹੜੇ ਕਿ ਉਹਨੂੰ ਪਾਣੀ ਛਿੜਕਾਵ ਕਰਨ, ਬਸ ਆਹੀ ਚੀਜ਼ਾਂ ਚਾਹੀਦੀਆਂ ਜੀ। ਬਹੁਤ ਸਸਤਾ ਕੰਮ ਹੈ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਬਹੁਤ ਮਿਹਰਬਾਨੀ ਜੀ। ਇਹ ਅਸੀਂ ਤੁਹਾਡੀ ਗੱਲਬਾਤ ਕਰਵਾਈ ਪ੍ਰੋਫੈਸਰ ਸੰਦੀਪ ਚਾਹਲ ਜੀ ਦੇ ਨਾਲ, ਜਿਹੜੇ ਪਹਿਲਾਂ ਤਾਂ ਸਪੈਰੋ ਨੂੰ ਕੰਜ਼ਰਵ ਕਰਨ ਵਾਸਤੇ ਕੰਮ ਕਰ ਰਹੇ ਸੀਗੇ, ਹੁਣ ਨਾਲ ਦੇ ਨਾਲ ਹੁਣ ਬਟਰਫਲਾਈਜ਼ ਨੂੰ ਕਿਸ ਤਰੀਕੇ ਨਾਲ ਪ੍ਰੋਟੈਕਟ ਕੀਤਾ ਜਾਵੇ, ਉਹਨਾਂ ਦੀ ਸਪੀਸੀਜ਼ ਨੂੰ ਕਿਸ ਤਰੀਕੇ ਨਾਲ ਪ੍ਰੋਟੈਕਟ ਕੀਤਾ ਜਾਵੇ, ਅਤੇ ਦੁਬਾਰਾ ਜਿਹੜੀ ਬਟਰਫਲਾਈਜ਼ ਨੇ ਉਹਨਾਂ ਨੂੰ ਦੁਬਾਰਾ ਲੈ ਕੇ ਆਉਂਦਾ ਜਾ ਸਕੇ। ਕਿਉਂਕਿ ਜਿਸ ਵਕਤ ਅਸੀਂ ਐਗਰੀਕਲਚਰ ਦੀ ਵੀ ਗੱਲ ਕਰਦੇ ਹਾਂ ਤਾਂ ਇੱਕ ਗੱਲ ਬਹੁਤ ਜ਼ਿਆਦਾ ਕਹੀ ਜਾਂਦੀ ਹੈ ਕਿ ਜਿਹੜੀ ਇੱਕ ਫੀਲਡ ਦੇ ਵਿੱਚ 3 ਤੋਂ ਵੱਧ ਬਟਰਫਲਾਈਜ਼ ਹੋਣ, ਤਾਂ ਉਹਦਾ ਮਤਲਬ ਇਹ ਹੈਗਾ ਆ ਕਿ ਉੱਥੇ ਬਹੁਤ ਹੈਲਦੀ ਐਗਰੀਕਲਚਰ ਹੋ ਰਹੀ ਹੈ, ਉੱਥੇ ਜਿਹੜੇ ਫਲ ਫਰੂਟ ਨੇ ਉਹ ਬਹੁਤ ਹੈਲਦੀ ਨੇ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਸਟੋਰੀਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਤਦ ਤੱਕ ਲਈ ਮੈਨੂੰ ਅਨੁਜਾ ਸ਼ਰਮਾ ਨੂੰ ਦਿਓ ਇਜਾਜ਼ਤ। ਨਮਸਕਾਰ।